ਯੇ ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਨੀਡ ਐਂਡ ਇੰਪੋਰਟੈਂਸ ਆਫ ਸਿਲੇਬਸ ਸਿਲੇਬਸ ਦੀ ਜ਼ਰੂਰਤ ਤੇ ਮਹੱਤਵ ਕੀ ਹੈ ਸਭ ਤੋਂ ਪਹਿਲਾਂ ਹੈ ਅਵੇਅਰਨੈਸ ਅਬਾਊਟ ਰਿਸਪੌਂਸਿਬਿਲਟੀਆਂ ਇਹ ਜਮਾਤ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਤੇ ਅਧਿਆਪਕ ਨੇ ਉਹਨਾਂ ਦੋਵਾਂ ਨੂੰ ਹੀ ਆਪਣੀ ਜਿਹੜੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਪ੍ਰਤੀ ਇਹ ਸੁਚੇਤ ਰੱਖਦਾ ਹੈ ਉਹਨਾਂ ਨੂੰ ਅਵੇਅਰ ਰੱਖਦਾ ਹੈ ਕਿ ਅਧਿਆਪਕ ਨੇ ਕੀ ਕਰਨਾ ਹੈ ਤੇ ਵਿਦਿਆਰਥੀ ਨੇ ਕੀ ਕਰਨਾ ਹੈ ਕਿਹੜੀ ਕਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਨੈਕਸਟ ਹੈ ਨੌਲੇਜ ਅਬਾਊਟ ਸਬਜੈਕਟ ਇਹ ਕਿਸੇ ਵੀ ਵਿਸ਼ੇ ਬਾਰੇ ਜਿਹੜੀ ਨੌਲੇਜ ਹੈ ਉਹ ਵਿਸਥਾਰ ਰੂਪ ਦੇ ਵਿੱਚ ਦਿੰਦਾ ਹੈ ਮੀਨਜ਼ ਕੋਈ ਵੀ ਸੀ ਸਬਜੈਕਟ ਪੜਨਾ ਹੈ ਜਿਹੜਾ ਸਿਲੇਬਸ ਹੈ ਉਹ ਉਸ ਵਿਸ਼ੇ ਨਾਲ ਜਿਹੜੀ ਸਬੰਧਿਤ ਸਹੀ ਜਾਣਕਾਰੀ ਉਹ ਪ੍ਰੋਵਾਈਡ ਕਰੇਗਾ ਡਿਸਕ੍ਰਾਈਬਸ ਕਲੀਅਰ ਹੋਪਸ ਇਹਦੇ ਵਿੱਚ ਜਿਹੜਾ ਅਧਿਆਪਕ ਹੈ ਜਾਂ ਸਕੂਲ ਦੁਆਰਾ ਬੱਚੇ ਤੋਂ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾਂਦੀ ਹੈ ਉਹਦੇ ਬਾਰੇ ਵੀ ਜਿਹੜਾ ਸਪਸ਼ਟ ਨਿਰਧਾਰਨ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਪੜਦੇ ਹਾਂ ਸਿਲੇਬਸ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਆਬਜੈਕਟਿਵਸ ਮੀਨਸ ਕਿ ਇਸ ਸਿਲੇਬਸ ਨੂੰ ਸ਼ਾਮਿਲ ਕਰਨ ਦੇ ਕਿਹੜੇ-ਕਿਹੜੇ ਆਬਜੈਕਟਿਵਸ ਨੇ ਮੀਨਸ ਕਿਹੜੀਆਂ-ਕਿਹੜੀਆਂ ਜਿਹੜੀਆਂ ਹੋਪਸ ਨੇ ਉਮੀਦਾਂ ਨੇ ਬੱਚੇ ਤੋਂ ਰੱਖੀਆਂ ਜਾਂਦੀਆਂ ਨੇ ਤੇ ਜਿਹੜਾ ਸਿਲੇਬਸ ਹੈ ਉਹ ਪਹਿਲਾਂ ਹੀ ਉਹਦੇ ਵਿੱਚ ਨਿਰਧਾਰਿਤ ਹੁੰਦੀਆਂ ਨੇ ਨੋਲਿਜ ਆਫ ਕੋਰਸ ਸ਼ਡਿਊਲ ਇਹਦੇ ਵਿੱਚ ਜਿਹੜਾ ਕੋਰਸ ਦਾ ਸ਼ਡਿਊਲ ਹੈ ਜਿਵੇਂ ਕਿ ਜੋ ਅਸਾਈਨਮੈਂਟਸ ਨੇ ਉਹਨਾਂ ਦਾ ਸਮਾਂ ਕੋਈ ਟੈਸਟ ਦਾ ਸਮਾਂ ਕੋਈ ਪ੍ਰੋਜੈਕਟ ਹੈ ਸਾਰੇ ਹੀ ਜਿਹੜੀਆਂ ਡਿਟੇਲਸ ਨੇ ਉਹਨਾਂ ਬਾਰੇ ਪੂਰਾ ਜਿਹੜਾ ਸ਼ਡਿਊਲ ਹੈ ਇਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਹੈ ਨਾਲੇਜ ਅਬਾਊਟ ਰਿਕੁਆਇਰਡ ਟੈਕਸਟ ਬੁక్స్ ਇਸ ਵਿੱਚ ਜੋ ਵੀ ਸਬਜੈਕਟ ਦੀ ਸੀ ਗੱਲ ਕਰ ਰਹੇ ਆ ਉਹਦਾ ਅਧਿਐਨ ਕਰਨ ਦੇ ਲਈ ਮੀਨਸ ਉਹਨੂੰ ਪੜ੍ਹਨ ਦੇ ਲਈ ਲੋੜੀਂਦੀਆਂ ਜਿਹੜੀਆਂ ਪਾਠ ਪੁਸਤਕਾਂ ਨੇ ਉਹ ਕਿਹੜੀਆਂ ਨੇ ਜਾਂ ਕਿਹੜੀ ਜਿਹੜੀ ਹੋਰ ਸਮੱਗਰੀ ਹੈ ਸਿੱਖਣ ਵਾਲੀ ਸਿੱਖਣ ਵਾਲਾ ਮਟੀਰੀਅਲ ਹੈ ਲਰਨਿੰਗ ਮਟੀਰੀਅਲ ਹੈ ਉਹਦੇ ਬਾਰੇ ਵੀ ਸਾਨੂੰ ਜਿਹੜੀ ਸਹੀ ਜਾਣਕਾਰੀ ਹੈ ਉਹ ਮਿਲਦੀ ਹੈ ਤੁਸੀਂ ਬੱਚੇ ਜੇਕਰ ਆਪਣਾ ਸਿਲੇਬਸ ਦੇਖ ਰਹੇ ਹੋਮ ਤਾਂ ਉਹਦੇ ਤੋਂ ਵੀ ਤੁਹਾਨੂੰ ਬਹੁਤ ਗੱਲਾਂ ਕਲੀਅਰ ਹੋ ਜਾਣੀਆਂ ਕਿਉਂਕਿ ਜਿਹੜਾ ਮੈਂ ਹੁਣ ਤੁਹਾਨੂੰ ਦੱਸਿਆ ਸੀ ਟਾਪਿਕ ਡਿਸਕ੍ਰਾਈਬਸ ਕਲੀਅਰ ਹੋਪਸ ਇਹਦੇ ਵਿੱਚ ਆਬਜੈਕਟਿਵਸ ਤੋਂ ਤੁਹਾਨੂੰ ਕਲੀਅਰ ਹੋ ਰਿਹਾ ਕਿ ਤੁਹਾਡੇ ਤੋਂ ਉਮੀਦ ਰੱਖੀ ਜਾ ਰਹੀ ਹੈ ਫਿਰ ਨੌਲੇਜ ਅਬਾਊਟ ਜਿਹੜਾ ਰਿਕਵਾਇਰਡ ਟੈਕਸਟ ਬੁਕਸ ਨੇ ਮੀਨਸ ਕਿਹੜਾ ਜਿਹੜਾ ਜਿਹੜੀ ਟੈਕਸਟ ਬੁਕ ਤੁਸੀਂ ਫਾਲੋ ਕਰ ਸਕਦੇ ਹੋ ਉਹਦੇ ਬਾਰੇ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਦਿੱਤੀ ਹੁੰਦੀ ਹੈ ਨੈਕਸਟ ਹੈ ਨੌਲੇਜ ਅਬਾਊਟ ਲਰਨਿੰਗ ਮਟੀਰੀਅਲ ਤੇ ਜਿਹੜਾ ਲਰਨਿੰਗ ਮਟੀਰੀਅਲ ਤੁਸੀਂ ਨੇ ਪੜ੍ਹਨਾ ਹੈ ਠੀਕ ਹੈ ਜੀ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਕੰਪਲੀਟ ਇਨਫੋਰਮੇਸ਼ਨ ਆ ਉਹਦੇ ਵਿੱਚ ਦਿੱਤੀ ਹੁੰਦੀ ਹੈ ਤਾਂ ਵੀ ਸਾਨੂੰ ਇਹਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜਿਹੜਾ ਸਾਨੂੰ ਲਰਨਿੰਗ ਮਟੀਰੀਅਲ ਹੈ ਜਾਂ ਸਾਨੂੰ ਰਿਕੁਆਇਰਡ ਟੈਕਸਟ ਬੁਕਸ ਨੇ ਸਾਰੇ ਬਾਰੇ ਜਿਹੜੀ ਸਹੀ ਇਨਫੋਰਮੇਸ਼ਨ ਆ ਉਹ ਇੱਥੋਂ ਮਿਲਦੀ ਹੈ ਨੋਲੇਜ ਅਬਾਊਟ ਸਕੋਪ ਆਫ ਕੋਰਸਸ ਜਿਹੜਾ ਸਿਲੇਬਸ ਹੈ ਉਹ ਸਾਡੀ ਇੱਥੇ ਵੀ ਸਾਡੇ ਲਈ ਨੀਡਫੁਲ ਹੈ ਸਾਡੇ ਲਈ ਇੰਪੋਰਟੈਂਟ ਰੱਖਦਾ ਹੈ ਸੌਰੀ ਇੰਪੋਰਟੈਂਸ ਰੱਖਦਾ ਹੈ ਕਿ ਇਹਨਾਂ ਸਾਨੂੰ ਜਿਹੜਾ ਕੋਰਸ ਦਾ ਸਕੋਪ ਹੈ ਉਹਦੇ ਬਾਰੇ ਵੀ ਜਿਹੜੀ ਇਨਫੋਰਮੇਸ਼ਨ ਹੈ ਉਹ ਮਿਲਦੀ ਹੈ ਪ੍ਰੋਵਾਈਡਸ ਨੌਲੇਜ ਅਬਾਊਟ ਨੀਡਸ ਸਿਲੇਬਸ ਦਾ ਅਗਲਾ ਮਹੱਤਵ ਇਹ ਹੈ ਕਿ ਇਹ ਜਿਹੜੀਆਂ ਲੋੜਾਂ ਨੇ ਸਾਡੀਆਂ ਨੀਡਸ ਨੇ ਉਹਨਾਂ ਬਾਰੇ ਵੀ ਜਿਹੜੀ ਸਹੀ ਜਾਣਕਾਰੀ ਉਹ ਪ੍ਰਦਾਨ ਕਰਦਾ ਹੈ ਗੁੱਡ ਰਿਲੇਸ਼ਨਸ ਬਿਟਵੀਨ ਟੀਚਰ ਐਂਡ ਸਟੂਡੈਂਟਸ ਇਹ ਟੀਚਰ ਤੇ ਜਿਹੜੇ ਸਟੂਡੈਂਟਸ ਦੇ ਵਿੱਚ ਵਧੀਆ ਰਿਲੇਸ਼ਨ ਬਣਾਉਣ ਦੇ ਵਿੱਚ ਵੀ ਜਿਹੜੀ ਹੈਲਪ ਉਹ ਕਰਦਾ ਹੈ ਟੀਚਰ ਦੀ ਵੀ ਬੱਚਿਆਂ ਦੀ ਵੀ ਕਿਉਂਕਿ ਜਿਹੜੇ ਬੱਚੇ ਨੇ ਜਦੋਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਆਪਣੇ ਟੀਚਰ ਦੀ ਹੈਲਪ ਲੈਂਦੇ ਨੇ ਤੇ ਟੀਚਰ ਉਹਨਾਂ ਨੇ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ ਉਹ ਲੱਭਦਾ ਹੈ ਤੇ ਇਸ ਕਰਕੇ ਉਹਨਾਂ ਦੇ ਜਿਹੜਾ ਵਧੀਆ ਰਿਲੇਸ਼ਨ ਉਹ ਬਣਿਆ ਰਹਿੰਦਾ ਹੈ ਰਿਲੇਟਡ ਟੂ ਕੰਟੈਂਟ ਵੀ ਹੋ ਸਕਦਾ ਹੈ ਤੇ ਵਿਦਿਆਰਥੀਆਂ ਦੀ ਕੋਈ ਪੜਨ ਤੋਂ ਬਿਨਾ ਕੋਈ ਹੋਰ ਵੀ ਪ੍ਰੋਬਲਮ ਹੋ ਸਕਦੀ ਹੈ ਇਟ ਮੇਕਸ ਟੀਚਿੰਗ ਲਰਨਿੰਗ ਪ੍ਰੋਸੈਸ ਈਜ਼ੀ ਹੁਣ ਜਿਹੜਾ ਸਿਲੇਬਸ ਹੈ ਇਹਦਾ ਅਗਲਾ ਮਹੱਤਵ ਇਹ ਹੈ ਕਿ ਨਾਲ ਜਿਹੜਾ ਸਾਡਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਉਹ ਬਹੁਤ ਈਜ਼ੀ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਹੜੇ-ਕਿਹੜੇ ਜਿਹੜੇ ਟਾਪਿਕਸ ਨੇ ਉਹ ਪੜ੍ਹਨੇ ਆ ਪਰਮਨੈਂਟ ਫੋਕਸ ਔਨ ਆਬਜੈਕਟਿਵਸ ਆਫ ਕੋਰਸ ਹੁਣ ਅਗਲਾ ਮੱਤਵਿਧਾ ਇਹ ਸਿਲੇਬਸ ਦਾ ਕਿਉਂਕਿ ਜਿਹੜੇ ਕੋਰਸ ਨੂੰ ਕਰਨ ਦੇ ਪੜਾਉਣ ਦੇ ਆਬਜੈਕਟਿਵਸ ਨੇ ਇਹਦੇ ਵਿੱਚ ਉਹਨਾਂ ਦੇ ਉੱਪਰ ਸਹੀ ਤਰੀਕੇ ਨਾਲ ਫੋਕਸ ਕੀਤਾ ਗਿਆ ਹੁੰਦਾ ਹੈ ਸਹੀ ਤਰੀਕੇ ਨਾਲ ਉਹਨੂੰ ਕਨਸੈਂਟਰੇਟ ਕੀਤਾ ਗਿਆ ਹੁੰਦਾ ਹੈ ਜਿਹੜਾ ਸਿਲੇਬਸ ਦੇ ਵਿੱਚ ਟਾਪਿਕ ਹੁੰਦੇ ਨੇ ਮੀਨਸ ਉਹ ਪੂਰੇ ਫੋਕਸ ਦੇ ਨਾਲ ਆਪਣੇ ਜਿਹੜੇ ਆਬਜੈਕਟਿਵਸ ਨੇ ਕੋਰਸ ਦੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਵਿੱਚ ਮੈਂਸ਼ਨ ਕੀਤੇ ਗਏ ਹੁੰਦੇ ਨੇ ਨੈਕਸਟ ਹੈ ਪਰਮਨੈਂਟ ਫੋਕਸ ਔਨ ਰਿਜ਼ਲਟਸ ਫਿਰ ਜਿਹੜੇ ਰਿਜ਼ਲਟ ਆਉਂਦੇ ਆ ਉਹਨਾਂ ਦੇ ਉੱਪਰ ਵੀ ਪਰਮਨੈਂਟ ਫੋਕਸ ਮੀਨਸ ਵੀ ਜਿਹੜੇ ਕੋਈ ਵੀ ਰਿਜ਼ਲਟ ਆ ਰਹੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਧਿਆਨ ਹੈ ਉਹ ਇਹਦੇ ਉੱਪਰ ਮਿੰਦੀ ਦਾ ਤੁਸੀਂ ਕਹੋ ਸੈਂਟਰ ਪੁਆਇੰਟ ਹੈ ਜਾਂ ਫੋਕਸ ਹੈ ਇਹਦੇ ਉੱਪਰ ਕੀਤਾ ਜਾਂਦਾ ਹੈ ਇਹਦੇ ਵਿੱਚ ਉਹਦੇ ਅਕੋਰਡਿੰਗ ਹੀ ਜਿਹੜੀਆਂ ਨੈਕਸਟ ਜੀ ਸਿਲੇਬਸ ਦੇ ਵਿੱਚ ਬੋਨਿਫੀਕੇਸ਼ਨ ਦੀ ਜ਼ਰੂਰਤ ਹੈ ਤਾਂ ਹੋਏਗੀ ਇਟ ਪ੍ਰੋਵਾਈਡਸ ਨੋਲੇਜ ਆਫ ਟੀਚਿੰਗ ਲਰਨਿੰਗ ਰੂਲਸ ਇਹ ਟੀਚਿੰਗ ਲਰਨਿੰਗ ਦੇ ਜਿਹੜੇ ਰੂਲਸ ਨੇ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਚੱਲਦਾ ਹੈ ਕਿਹੜੇ ਕਿਹੜੇ ਰੂਲਸ ਨੂੰ ਉਹਦੇ ਵਿੱਚ ਫਾਲੋ ਕੀਤਾ ਜਾਂਦਾ ਹੈ ਉਹਨਾਂ ਦੀ ਵੀ ਜਿਹੜੀ ਸਹੀ ਨੋਲੇਜ ਹੈ ਉਹ ਪ੍ਰੋਵਾਈਡ ਕਰਦਾ ਹੈ ਨੈਕਸਟ ਇਟ ਪ੍ਰੋਵਾਈਡਸ ਨੋਲੇਜ ਅਬਾਊਟ ਪਾਲਿਸੀਜ਼ ਆਫ ਟੀਚਿੰਗ ਲਰਨਿੰਗ ਪ੍ਰੋਸੈਸ ਇਹ ਜਿਹੜੀਆਂ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਨਾਲ ਪਾਲਿਸਿਜ਼ ਜੋ ਟੀਚਰ ਕਲਾਸ ਦੇ ਵਿੱਚ ਬਣਾਉਂਦਾ ਏ ਜਾਂ ਪੂਰੇ ਸਕੂਲ ਦੇ ਲਈ ਕੁਝ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਡਿਸਕ੍ਰਾਈਬ ਕਰਦਾ ਏ ਤੇ ਉਹਨਾਂ ਬਾਰੇ ਵੀ ਜਿਹੜੀ ਨੌਲੇਜ ਆ ਉਹ ਸਾਨੂੰ ਪ੍ਰੋਵਾਈਡ ਕਰਦਾ ਏ ਜਾਂ ਜਿਹੜੀਆਂ ਪਾਲਿਸਿਜ਼ ਨੇ ਭਾਵੇਂ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੇ ਤਾਂ ਉਹਦੇ ਅਕੋਰਡਿੰਗ ਸਾਨੂੰ ਹਰ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਆ ਉਹ ਸਿਲੇਬਸ ਤੋਂ ਮਿਲਦੀ ਏ ਨੈਕਸਟ ਹੈ ਇਟ ਇਜ਼ ਅ ਪਰਮਨੈਂਟ ਰਿਕਾਰਡ ਆਫ ਆਲ ਲਰਨਿੰਗ ਐਕਟੀਵਿਟੀਆਂ ਇਹ ਜਿਹੜੀਆਂ ਇਹ ਸਾਰੀਆਂ ਲਰਨਿੰਗ ਐਕਟੀਵਿਟੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪਰਮਨੈਂਟ ਰਿਕਾਰਡ ਵੀ ਹੁੰਦਾ ਏ ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਹੁੰਦਾ ਕਿ ਇਸ ਨੇ ਕੀ ਪੜ੍ਹਨਾ ਹੈ ਕੀ ਨਹੀਂ ਪੜ੍ਹਨਾ ਤੇ ਉਹਦੇ ਅਕੋਰਡਿੰਗ ਹੀ ਸਾਰਾ ਜਿਹੜਾ ਰਿਕਾਰਡ ਆ ਉਸ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੁੰਦਾ ਏ ਕਿ ਵਾਟ ਟੂ ਡੂ ਕੀ ਕਰਨਾ ਏ ਨੈਕਸਟ ਆ ਇਵੈਲੂਏਸ਼ਨ ਆਫ ਕੋਰਸ ਕੰਟੈਂਟ ਹੁਣ ਇਹਦੇ ਵਿੱਚ ਜਿਹੜਾ ਕੋਰਸ ਕੰਟੈਂਟ ਹੈ ਉਹਦੇ ਇਵੈਲੂਏਸ਼ਨ ਬਾਰੇ ਵੀ ਵਿਆਖਿਆ ਕੀਤੀ ਜਾਂਦੀ ਏ ਕਿ ਜਿਹੜਾ ਕੰਟੈਂਟ ਇਸ ਕੋਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਹਨੂੰ ਮੁਲਾਂਕਣ ਕਰਨ ਦਾ ਮਤਲਬ ਕਿ ਉਹਦਾ ਕੀ ਕੀ ਜਿਹੜਾ ਬੈਨੀਫਿਟਾ ਉਹ ਹੋਇਆ ਤੇ ਕਿਹੜੀਆਂ ਇਹਦੇ ਵਿੱਚ ਕਮੀਆਂ ਰਹਿ ਗਈਆਂ ਨੈਕਸਟ ਹੈ ਕੰਪਲੀਟ ਇਨਫੋਰਮੇਸ਼ਨ ਅਬਾਊਟ ਕੋਰਸ ਹੁਣ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਕੰਪਲੀਟ ਇਨਫੋਰਮੇਸ਼ਨ ਹੁੰਦੀ ਹੈ ਕੋਰਸ ਦੀ ਜਿਵੇਂ ਕਿ ਹੁਣ ਅਸੀਂ ਜਿਹੜਾ ਕਰ ਰਹੇ ਹਾਂ ਕਰਿਕੂਲਮ ਡਵੈਲਪਮੈਂਟ ਇਹ ਤੁਹਾਡਾ ਕੀ ਹੈ ਸਿਲੇਬਸ ਇਹ ਹੁਣ ਸਿਲੇਬਸ ਦੇ ਵਿੱਚ ਇੱਕ ਤੁਹਾਡੇ ਲਈ ਕੰਟੈਂਟ ਲਿਆ ਗਿਆ ਹੈ ਹੁਣ ਜੇਕਰ ਤੁਸੀਂ ਐਂਡ ਦੇ ਦੇਖੋ ਤਾਂ ਉਹਦੇ 'ਚ ਤਿੰਨ ਐਕਟੀਵਿਟੀਜ਼ ਵੀ ਮੈਂਸ਼ਨ ਕੀਤੀਆਂ ਹੋਣਗੀਆਂ ਉਹਦੇ 'ਚ ਲਿਖਿਆ ਵੀ ਹੁੰਦਾ ਹੈ ਕਿ ਤੁਸੀਂ ਇੱਕ ਐਕਟੀਵਿਟੀ ਕਰਨੀ ਹੈ ਕਿ ਦੋ ਕਰਨੀ ਹੈ ਤੇ ਫਿਰ ਨਾਲ-ਨਾਲ ਜਿਵੇਂ ਕੋਰਸ ਕੈਲੰਡਰ ਹੋ ਗਿਆ ਕੋਰਸ ਦੀਆਂ ਵਿਧੀਆਂ ਠੀਕ ਹੈ ਜੀ ਹਾਜ਼ਰੀ ਵਗੈਰਾ ਮੀਨ ਪੂਰਾ ਜਿਹੜੇ ਗ੍ਰੇਡਿੰਗ ਨੀਮ ਨੇ ਕਿੰਨੇ ਘੰਟੇ ਇਸ ਸਬਜੈਕਟ ਨੂੰ ਤੁਸੀਂ ਪੜਾਉਣਾ ਹੈ ਤਾਂ ਸਾਰੀ ਇਹਦੇ 'ਚ ਜਿਹੜੀ ਕੰਪਲੀਟ ਇਨਫੋਰਮੇਸ਼ਨ ਆ ਉਹ ਕੋਰਸ ਦੇ ਨਾਲ ਰਿਲੇਟਡ ਉਹਦੇ 'ਚ ਮੈਂਸ਼ਨ ਕੀਤੀ ਗਈ ਹੁੰਦੀ ਹੈ ਤੇ ਨਾਲ ਹੀ ਦੇਖੋ ਜਿਵੇਂ ਤੁਹਾਡਾ ਐਗਜ਼ਾਮ ਦਾ ਟਾਈਮ ਕੋਈ ਪੇਪਰ 1.5 ਘੰਟੇ ਦਾ ਹੁੰਦਾ ਆ ਠੀਕ ਹੈ ਜੀ ਤੇ ਉਹ 35 ਮਾਰਕਸ ਦਾ ਹੋਏਗਾ ਜਿਹੜੇ 70 ਮਾਰਕਸ ਦਾ ਹੈ ਉਹ ਤੁਹਾਡਾ ਪੇਪਰ 3 ਘੰਟੇ ਦਾ ਹੋਏਗਾ ਇਹ ਸਾਰੀਆਂ ਜਿਹੜੀਆਂ ਕੰਪਲੀਟ ਇਨਫਰਮੇਸ਼ਨ ਹੈ ਉਹ ਕੋਰਸ ਦੇ ਨਾਲ ਰਿਲੇਟਡ ਸਿਲੇਬਸ ਦੇ ਵਿੱਚ ਹੀ ਮੈਂਸ਼ਨ ਕੀਤੀ ਗਈ ਹੁੰਦੀ ਹੈ ਇਸ ਕਰਕੇ ਇਹਦਾ ਅਗਲਾ ਮਤਲਬ ਕਿ ਸਾਨੂੰ ਕੋਰਸ ਨਾਲ ਰਿਲੇਟਡ ਜਿਹੜੀ ਹਰ ਤਰ੍ਹਾਂ ਦੀ ਕੰਪਲੀਟ ਇਨਫਰਮੇਸ਼ਨ ਆ ਉਹ ਪ੍ਰੋਵਾਈਡ ਕਰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ